ਵੀਡੀਓ ਡਾਇਰੈਕਟਰ ਤੋਂ ਗਾਇਕ ਅਤੇ ਨਾਮਵਾਰ ਫਿਲਮ ਅਦਾਕਾਰ ਬਣੇ ਪਰਮੇਸ਼ ਵਰਮਾ ਦੀ ਨਵੀਂ ਫਿਲਮ ਤਵਾ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ ਇਸ ਫਿਲਮ ਦੇ ਪੋਸਟਰ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫਿਲਮ ਪਰਮੇਸ਼ ਦੀਆਂ ਪਹਿਲੀਆਂ ਫਿਲਮਾਂ ਨਾਲੋਂ ਬਿਲਕੁਲ ਵੱਖਰੀ ਹੋਵੇਗੀ ਫਿਲਮ ਵਿੱਚ ਪਰਮੇਸ਼ ਨਾਲ ਧੀਰਜ ਕੁਮਾਰ ਵੀ ਅਹਿਮ ਭੂਮਿਕਾ ਨਿਭਾ ਰਹੇ ਨੇ ਦੋਵੇਂ ਜਣੇ ਪਹਿਲਾਂ ਪਰਮੇਸ਼ ਦੀ ਪਹਿਲੀ ਫਿਲਮ ਰੌਕੀ ਮੈਂਟਲ ਵਿੱਚ ਇਕੱਠੇ ਨਜ਼ਰ ਆ ਚੁੱਕੇ ਨੇ ਪਰਮੇਸ਼ ਜਿੱਥੇ ਆਪਣੀ ਇਸ ਫਿਲਮ ਦਾ ਡਾਇਰੈਕਟਰ ਖੁਦ ਹੈ ਉੱਥੇ ਹੀ ਇਸ ਫਿਲਮ ਨੂੰ ਪ੍ਰੋਡਿਊਸ ਵੀ ਉਹ ਆਪ ਹੀ ਕਰ ਰਹੇ ਨੇ ਗੁਰਜੰਤ ਮਾਨ ਦੀ ਲਿਖੀ ਇਸ ਫਿਲਮ ਵਿੱਚ ਪਰਮੇਸ਼ ਇੱਕ ਸੰਗੀਤ ਤੇ ਨਸ਼ੇ ਦੀ ਆਦੀ ਨੌਜਵਾਨ ਦਾ ਕਿਰਦਾਰ ਨਿਭਾ ਰਿਹਾ ਹੈ ਪਰਮੇਸ਼ ਨੇ ਇੱਕ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਕਿਹਾ ਹੈ ਕਿ ਫਿਲਮ ਉਸ ਦਾ ਪਸੰਦੀਦਾ ਜਨਰ ਹੈ ਤੇ ਇਹ ਕਿਰਦਾਰ ਉਸ ਦੇ ਬੇ ਹਦ ਕਰੀਬ ਹੈ ਪਰਮੇਸ਼ਰ ਵਰਮਾ ਦੀ बतौर ਹੀਰੋ ਇਹ ਛੇਵੀਂ ਫਿਲਮ ਹੋਣ ਵਾਲੀ ਹੈ ਇਸ ਫਿਲਮ ਤੋਂ ਪਹਿਲਾਂ ਉਸਨੇ ਆਪਣੀ ਫਿਲਮ ਮੈਂ ਤੇ ਬਾਪੂ ਦੀ ਸ਼ੂਟਿੰਗ ਵੀ ਖਤਮ ਕਰ ਲਈ ਹੈ ਇਹ ਫਿਲਮ ਪਹਿਲਾਂ 14 ਜਨਵਰੀ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਅਣਮਿੱਥੇ ਸਮੇਂ ਲਈ ਅੱਗੇ ਚਲੀ ਗਈ ਹੈ ਦੱਸ ਦਈਏ ਕਿ ਪਰਮੇਸ਼ਰ ਵਰਮਾ ਨੇ बतौर ਅਦਾਕਾਰ ਆਪਣੀ ਸ਼ੁਰੂਆਤ ਕਿਰਪਾਨ ਫਿਲਮ ਤੋਂ ਕੀਤੀ ਸੀ ਇਸ ਫਿਲਮ ਦਾ ਹੀਰੋ ਰੌਸ਼ਨ ਪ੍ਰਿੰਸ ਸੀ ਇਸਮਗਰੋਂ ਉਹ ਆਪਣੇ ਪਿਤਾ ਡਾਕਟਰ ਸतीश ਵਰਮਾ ਦੀ ਲਿਖੀ ਫਿਲਮ ਪੰਜਾਬ ਬੋਲਦਾ ਵਿੱਚ ਵੀ ਨਜ਼ਰ ਆਇਆ ਸੀ ਬਤੌਰ ਹੀਰੋ ਉਸਦੀ ਪਹਿਲੀ ਫਿਲਮ ਰੌਕੀ ਮੈਂਟਲ ਸੀ ਇਸ ਮਗਰੋਂ ਉਸ ਦੀਆਂ ਫਿਲਮਾਂ ਦਿਲ ਦੀਆਂ ਗੱਲਾਂ ਸਿੰਗਮ ਅਤੇ ਜਿੰਦੇ ਮੇਰੀਏ ਰਿਲੀਜ਼ ਹੋਈਆਂ ਪਰਮੇਸ਼ਵਰ ਮਾ ਹੋਣ ਇਸ ਵਾਰ ਲੀਕ ਤੋਂ हट ਕੇ ਕੁਝ ਕਰਨ ਜਾ ਰਿਹਾ ਹੈ ਜਿਸ ਦਾ ਉਸ ਦੇ ਚਾਹਣ ਵਾਲਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ